कैबिनेट मंत्री चेतन सिंह जौड़ामाजरा दे नाल इक नवा विवाद जुड़ गया है। ये विवाद सिफारिश ते बदलियां करवाउण ते नौकरी ते लवाउण दे नाल जुड़िया है। दरअसल एक वीडियो सामने आया जिथे चेतन सिंह जौड़ामाजरा की मौजूदगी दे विच ही उन्हां दा एक करीबी दावा कर रहा है कि उसके कहण दे उत्ते मंत्री साहब महज एक मिनट के अंदर ही किसी की भी बदली करवा देंदे ने अते उसके ही करीबी की 2 लाख रुपए प्रति महीना की नौकरी लगवाई गई है ते ओह महिला ओवरएज्ड सी। पहला वो वीडियो वेख लैंदे आ। ਸੈਨ ਹੁੰਦੇ ਨੇ ਲਿਖਾ ਮੈਂ ਅੱਜ ਤੱਕ ਮੰਤਰੀ ਸਾਹਮਣੇ ਮੇਰੀ ਆ ਬੈਠੇ ਨੇ ਐਸਟੀਐਫ ਸਾਹਿਬ ਮੈਨੂੰ ਤਸਵੀਰ ਚ ਆਪਣੇ ਉਰੇ ਸ਼ਵਾਰ ਜੀ ਬੈਠੇ ਨੇ ਠੇਕੇਦਾਰ ਇਹਨਾਂ ਦੀ ਭਾਂਜ ਦੀ ਸਿਲੈਕਸ਼ਨ ਸੀ ਉਹ ਹੋ ਹੀ ਨਹੀਂ ਸਕਦੀ ਕਿਸੇ ਤਰੀਕੇ ਨਾਲ ਮਿਲਦਾ ਮੇਰੇ ਕੋਲ ਆਫਰ ਵੀ ਦੀ ਇਹਨਾਂ ਦੀ ਵੀ 10 15 ਲੱਖ ਰੁਪਏ ਜਿੰਨੇ ਮਰਜ਼ੀ ਲੱਗ ਜਾਣ ਪੈਸੇ ਵੀ ਸਾਡੀ ਕੁੜੀ ਨੂੰ ਜੁਆਇਨ ਨਹੀਂ ਕਰਵਾਓ ਐਸਟੀਐਫ ਸਾਹਿਬ ਤਸਵੀਰ ਚ ਆਏ ਮੰਤਰੀ ਸਾਹਿਬ ਮੈਨੇ ਆਪਣੀ ਐਪਲੀਕੇਸ਼ਨ ਲਿਖੀ ਮੈਨੇ ਇੱਕ ਚੀਜ਼ ਲਿਖਤੀ ਉਹ ਤੇ ਵੀ ਸਾਨੂੰ 10 ਦਿਨਾਂ ਵਿੱਚ ਰਿਪੋਰਟ ਕਰ ਦਿੱਤੀ ਜਾਵੇ ਮੰਤਰੀ ਸਾਹਿਬ ਨੇ ਸਾਈਨ ਕਰਤੇ ਕੋਈ ਵੀ ਪੜਿਆ ਅਕਸ਼ਰ ਨਹੀਂ ਐਸਡੀਐਮ ਸਾਹਿਬ ਕਹਿਣ ਲੱਗੇ ਯਾਰ ਇਹ ਤਾਂ ਚਪੜਾਸੀ ਨਹੀਂ ਸਾਈਨ ਕਰਦਾ ਤੇ ਨੇ ਮੰਤਰੀ ਤੋਂ ਸਾਈਨ ਕਰਾ ਲਈ ਡੀਐਸਪੀ ਸਾਹਿਬ ਵੀ ਮੰਜੂ ਉੱਥੇ ਤੇ ਉਹ 15 ਦਿਨ ਪਹਿਲਾਂ ਸਵਾਜ ਜੀ ਉਰੀ ਬੈਠੇ ਨੇ ਆਪਣੇ ਸਵਾਜ ਜੀ ਕਿੱਥੇ ਨੇ ਉਹ 15 ਦਿਨ ਪਹਿਲਾਂ ਲੁਧਿਆਣੇ ਡਾਕਟਰ ਜੁਆਇਨ ਕਰ ਗਈ ਆ 2 ਲੱਖ ਰੁਪਏ ਮਹੀਨਾ ਸੈਲਰੀ ਆਈ ਉਹਦੀ ਮੰਤਰੀ ਸਾਹਿਬ ਇੱਕ ਪਾਣੀ ਦਾ ਇੱਕ ਦਿਨ ਇਹ ਚੰਡੀਗੜ੍ਹ ਨਹੀਂ ਗੱਲ ਮੇਰੇ ਨਾਲ 10 ਕਿਹੜੇ ਲੱਗੇ 5 ਲੱਗੇ ਮੇਰੇ ਚੰਡੀਗੜ੍ਹ ਲੱਗੇ ਨੇ ਜੁਆਇਨ ਹੀ ਕਰ ਗਈ ਆ ਕਿਉਂਕਿ ਉਹਦੀ ਓਵਰਏਜ ਹੋ ਚੁੱਕੀ ਸੀ ਉਹ 42 ਸਾਲ ਦੀ ਏਜ ਵੀ ਹੋ ਚੁੱਕੀ ਸੀ ਮੰਤਰੀ ਸਾਹਿਬ ਨੇ ਸਪੈਸ਼ਲ ਸੈਕਟਰੀ ਨੂੰ ਕਿਹਾ ਵੀ ਮੈਨੂੰ ਨਹੀਂ ਪਤਾ ਸਾਡੀ ਸਮਾਨੇ ਦੀ ਕੁੜੀ ਭਾਂਜੀ ਆ ਇਹਦੀ ਜੁਆਇਨ ਹੀ ਕਰਵਾ ਦਿਓ ਮੈਨੂੰ ਆਰਡਰ ਨੇ ਇਹਦੇ ਹਾਲਾਂਕਿ ਮਹਿਕਮਾ ਹੀ ਬਦਲ ਗਿਆ ਫਿਰ ਫੈਰ ਬਾਸ ਮੰਗਵਾ ਲਈ ਮੰਤਰੀ ਸਾਹਿਬ ਕਹਿੰਦੇ ਮਦਨ ਤੂੰ ਚਿੰਤਾ ਨਾ ਕਰ ਤੇਰਾ ਵਾਅਦਾ ਕੀਤਾ ਹੋਇਆ ਇਹ ਜੁਆਇਨ ਕਰੂਗੀ ਕੁੜੀ ਆਪਣੀ ਭਾਂਜੀ ਆ ਕੁੜੀ ਇਸ ਕਰਕੇ ਜਿੰਨੇ ਵੀ ਬੱਚੇ ਦੇ ਬਦਲੀਆਂ ਵਾਲੇ ਜਿਹੜੀ ਮੈਂ ਸਾਈਨ ਕਰ ਦੇਣਾ ਮੰਤਰੀ ਸਾਹਿਬ ਓਕੇ ਕਰਕੇ ਘੰਟੇ ਬਾਅਦ ਮੈਨੂੰ ਆਰਡਰ ਭੇਜ ਦਿੰਦੇ ਨੇ ਵਟਸਐਪ ਕਰ ਦਿੰਦੇ ਨੇ ਵੀ ਤੁਸੀਂ ਸਮਾਨੇ ਦੇ ਤੁਸੀਂ 4 ਸਾਲ ਆਪਣੀ ਸਰਕਾਰ ਆ। ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰ ਰਹੇ ਨੇ ਕਿ ਨੌਜਵਾਨਾਂ ਨੂੰ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੇ ਬਿਨਾਂ ਕਿਸੇ ਕਰਪਸ਼ਨ ਦੇ ਮਿਲਣਗੀਆਂ, ਪਰ ਮਾਨ ਦੇ ਮੰਤਰੀ ਦੀ ਜਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ, ਹੁਣ ਉਸ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਹੈ ਕਿ ਮਾਨ ਆਪਣੇ ਮੰਤਰੀ ਦੇ ਖਿਲਾਫ ਕਾਰਵਾਈ ਕਦੋਂ ਕਰਨਗੇ।